ਚਮਕੌਰ ਸਾਹਿਬ ਤੋਂ ਤੇ ਅਨੰਦਪੁਰ ਸਾਹਿਬ ਦੀ ਸੀਟ ਤੇ ਇਹਨਾਂ ਨੇ ਮੈਨੂੰ ਹੁਕਮ ਗੁਰੂ ਕਰਦਾ ਹੋਇਆ ਜੀ ਵੀ MP ਦੀ ਇਲੈਕਸ਼ਨ ਲੜਨੀ ਹੈ ਤੇ ਡਿਊਟੀ ਲੱਗੀ ਹੈ ਵੀ ਪੰਥ ਦੀ ਤੇ ਪੰਜਾਬ ਦੀ ਤੇ ਦੇਸ਼ ਦੀ ਸੇਵਾ ਕਰਨੀ ਹੈ। ਇਹ ਮੈਂ ਤਾਂ ਭੱਜਦਾ ਸੀ ਇਸ ਗੱਲ ਤੋਂ, ਪਰ ਬਾਪੂ ਜੀ ਨੇ ਮੈਨੂੰ ਪਹਿਲਾਂ ਪੁੱਛਿਆ, ਕਹਿੰਦੇ ਇੱਕ ਹੁਕਮ ਆਇਆ ਤੂੰ ਕਰੇਗਾ? ਮੈਂ ਕਿਹਾ ਜੀ ਮੇਰੀ ਤਾਂ ਕੀ ਮਜਾਲ ਹੈ, ਮੈਨੂੰ ਤਾਂ ਤੁਸੀਂ ਹੁਕਮ ਕਰਨਾ ਹੈ, ਪਰ ਕਰਾਉਣਾ ਤੁਸੀਂ ਆ, ਥਾਪੜਾ ਤੁਸੀਂ ਦੇਣਾ। ਸੋ ਆਹ ਇੱਕ ਹੁਕਮ ਹੋਇਆ ਜੀ ਕਿ MP ਦੀ ਇਲੈਕਸ਼ਨ ਜਿਹੜੀ ਹੈਗੀ ਉਹ ਅਨੰਦਪੁਰ ਸਾਹਿਬ ਤੋਂ ਲੜਨੀ ਹੈ। ਕਿਹੜੀ ਪਾਰਟੀ ਤੋਂ ਲੜਨੀ ਹੈ, ਕਿਵੇਂ ਲੜਨੀ ਹੈ, ਇਹ ਬਾਪੂ ਜੀ ਜਾਣਦੇ ਆ, ਇਹ ਕਰਦੇ ਆ। ਮੈਨੂੰ ਨਹੀਂ ਜੀ, ਮੈਨੂੰ ਪਤਾ ਹੀ ਕੱਖ ਨਹੀਂ ਜੀ, ਮੈਂ ਤਾਂ ਉਹ ਕਰਨਾ ਜੋ ਗੁਰੂ ਘਰ ਨੇ ਮੈਨੂੰ ਕਹਿਣਾ। ਅਜੇ ਮੈਂ ਬਹੁਤ ਸੋਹਣੀ ਗੱਲਾਂ ਕਹਿ ਦੀ ਸੀ, ਤੁਹਾਨੂੰ ਵਿਚਾਰਧਾਰਾ ਦਾ ਪਤਾ ਲੱਗਿਆ। ਮੈਂ ਚਾਹੁੰਦਾ ਕਿ ਸਾਰੇ ਵਰਗ ਦੇ ਲੋਕ ਇੱਕ ਥਾਂ ਤੇ ਬੈਠ ਕੇ, ਜਿਵੇਂ ਆਪਾਂ ਲੰਗਰ ਖਾ ਰਹੇ ਹਾਂ, ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇੱਕ ਕਿਹਾ ਵੀ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ, ਸਾਰੇ ਤਪੋ ਰਾਜ ਰਾਜੋ ਫਕੀਰੀ, ਮਹਾਰਾਜ ਬਖਸ਼ਣ ਜੇ, ਮਹਾਰਾਜ ਬਖਸ਼ਣ ਤੇ ਹੀ ਆਇਆ, ਜੇ ਹੁਕਮ ਹੀ ਹੋਇਆ। ਤੇ ਮੈਂ ਪੰਜਾਬ ਦੀ ਧਰਤੀ ਦੀ ਤੇ ਸਾਰੇ ਦੇਸ਼ ਦੀ ਸਾਰੀ ਦੁਨੀਆ ਦੇ ਵਿੱਚ ਪ੍ਰਚਾਰ ਚੱਲ ਰਿਹਾ ਵੀ ਜਪੋ, ਆਪਣੇ ਧਰਮ ਦੇ ਹਿਸਾਬ ਨਾਲ ਸਾਰੇ ਪਾਠ ਕਰਨ, ਇੱਕ ਐਸੀ ਸ਼ਾਂਤੀ ਲੈ ਕੇ ਆਈਏ, ਐਸਾ ਹੋਵੇ ਕਿ ਨਾ ਕੋਈ ਭੁੱਖਾ ਸੌਵੇ, ਹਰੇਕ ਦੇ ਸਿਰ ਤੇ ਛੱਤ ਹੋਵੇ। ਮਹਾਰਾਜਾ ਰਣਜੀਤ ਸਿੰਘ ਦਾ ਜਿਹੋ ਜਿਹਾ ਰਾਜ ਸੀ, ਉਹਦੀ ਹਮੇਸ਼ਾ ਹੀ ਮੈਨੂੰ ਸੋਚ ਰਹਿੰਦੀ ਸੀ। ਤੇ ਹੁਣ ਜੇ ਹੁਕਮ ਹੋਇਆ ਤੇ ਇਹ ਪ੍ਰਵਾਨ ਵੀ ਚੜੂਗਾ, ਹੁਣ ਗੁਰੂ ਜਾਣੇ ਜੀ ਤੇ ਗੁਰੂ ਘਰ ਜਾਣੇ ਤੇ ਬਾਬਾ ਜੀ ਜਾਣ, ਮੈਂ ਤਾਂ ਇਸ ਗੁਰੂ ਘਰ ਦਾ ਕੁੱਕਰ ਹਾਂ। ਮੈਨੂੰ ਜਿੱਥੇ ਪਟਾ ਪਾ ਕੇ ਲਈ ਫਿਰਨਗੇ ਮੈਂ ਨਾਲ ਚੱਲੂੰਗਾ। ਬਖਸ਼ਿਸ਼ ਵੀ ਇਹਨਾਂ ਨੇ ਕਰਨੀ ਹੈ, ਥਾਪੜਾ ਵੀ ਗੁਰੂ ਘਰ ਨੇ ਦੇਣਾ ਹੈ, ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦੇਣਾ, ਵੱਡੇ ਨੇ ਤਾਂ ਸਾ ਗੁਰੂਆਂ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ, ਹੈ ਜੀ ਬਾਬਾ ਦੀਪ ਸਿੰਘ ਨੇ, ਸ਼ਹੀਦਾਂ ਸਿੰਘਾਂ ਨੇ, ਅਕਾਲ ਪੁਰਖ ਨੇ, ਸਾਧੂ ਸੰਤਾਂ ਨੇ, ਬਾਪੂ ਜੀ ਹੋਣਾ ਨੇ, ਇਹਨਾਂ ਸਾਰਿਆਂ ਨੇ ਅਸ਼ੀਰਵਾਦ ਦੇ ਕੇ ਚੱਲਣਾ। ਤੇ ਸ਼ਾਇਦ ਜੇ ਵਿਧੀ ਬਣੀ ਹੈ, ਰੱਬ ਨੇ ਬਣਾਈ ਹੈ, ਤੇ ਫਿਰ ਐਸੀ ਵਿਧੀ ਬਣੇ ਜਿਹਦਾ ਮਾਣ ਸਾਰੇ ਦੇਸ਼ ਨੂੰ ਹੋਵੇ, ਸਾਰੇ ਦੁਨੀਆ ਨੂੰ। ਗੁਰੂ ਘਰ ਤੋਂ ਹੁਕਮ ਹੋਇਆ ਜੀ ਚਮਕੌਰ ਸਾਹਿਬ ਤੋਂ ਤੇ ਅਨੰਦਪੁਰ ਸਾਹਿਬ ਦੀ ਸੀਟ ਤੇ ਇਹਨਾਂ ਨੇ ਮੈਨੂੰ ਹੁਕਮ ਗੁਰੂ ਕਰਦਾ ਹੋਇਆ ਜੀ ਵੀ MP ਦੀ ਇਲੈਕਸ਼ਨ ਲੜਨੀ ਹੈ ਤੇ ਡਿਊਟੀ ਲੱਗੀ ਹੈ ਵੀ ਪੰਥ ਦੀ ਤੇ ਪੰਜਾਬ ਦੀ ਤੇ ਦੇਸ਼ ਦੀ ਸੇਵਾ ਕਰਨੀ ਹੈ। ਇਹ ਮੈਂ ਤਾਂ ਭੱਜਦਾ ਸੀ ਇਸ ਗੱਲ ਤੋਂ, ਪਰ ਬਾਪੂ ਜੀ ਨੇ ਮੈਨੂੰ ਪਹਿਲਾਂ ਪੁੱਛਿਆ, ਕਹਿੰਦੇ ਇੱਕ ਹੁਕਮ ਆਇਆ ਤੂੰ ਕਰੇਗਾ? ਮੈਂ ਕਿਹਾ ਜੀ ਮੇਰੀ ਤਾਂ ਕੀ ਮਜਾਲ ਹੈ, ਮੈਨੂੰ ਤਾਂ ਤੁਸੀਂ ਹੁਕਮ ਕਰਨਾ ਹੈ, ਪਰ ਕਰਾਉਣਾ ਤੁਸੀਂ ਆ, ਥਾਪੜਾ ਤੁਸੀਂ ਦੇਣਾ। ਸੋ ਆਹ ਇੱਕ ਹੁਕਮ ਹੋਇਆ ਜੀ ਕਿ MP ਦੀ ਇਲੈਕਸ਼ਨ ਜਿਹੜੀ ਹੈਗੀ ਉਹ ਅਨੰਦਪੁਰ ਸਾਹਿਬ ਤੋਂ ਲੜਨੀ ਹੈ। ਕਿਹੜੀ ਪਾਰਟੀ ਤੋਂ ਲੜਨੀ ਹੈ, ਕਿਵੇਂ ਲੜਨੀ ਹੈ, ਇਹ ਬਾਪੂ ਜੀ ਜਾਣਦੇ ਆ, ਇਹ ਕਰਦੇ ਆ। ਮੈਨੂੰ ਨਹੀਂ ਜੀ, ਮੈਨੂੰ ਪਤਾ ਹੀ ਕੱਖ ਨਹੀਂ ਜੀ, ਮੈਂ ਤਾਂ ਉਹ ਕਰਨਾ ਜੋ ਗੁਰੂ ਘਰ ਨੇ ਮੈਨੂੰ ਕਹਿਣਾ। ਅਜੇ ਮੈਂ ਬਹੁਤ ਸੋਹਣੀ ਗੱਲਾਂ ਕਹਿ ਦੀ ਸੀ, ਤੁਹਾਨੂੰ ਵਿਚਾਰਧਾਰਾ ਦਾ ਪਤਾ ਲੱਗਿਆ। ਮੈਂ ਚਾਹੁੰਦਾ ਕਿ ਸਾਰੇ ਵਰਗ ਦੇ ਲੋਕ ਇੱਕ ਥਾਂ ਤੇ ਬੈਠ ਕੇ, ਜਿਵੇਂ ਆਪਾਂ ਲੰਗਰ ਖਾ ਰਹੇ ਹਾਂ, ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇੱਕ ਕਿਹਾ ਵੀ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ, ਸਾਰੇ ਤਪੋ ਰਾਜ ਰਾਜੋ ਫਕੀਰੀ, ਮਹਾਰਾਜ ਬਖਸ਼ਣ ਜੇ, ਮਹਾਰਾਜ ਬਖਸ਼ਣ ਤੇ ਹੀ ਆਇਆ, ਜੇ ਹੁਕਮ ਹੀ ਹੋਇਆ। ਤੇ ਮੈਂ ਪੰਜਾਬ ਦੀ ਧਰਤੀ ਦੀ ਤੇ ਸਾਰੇ ਦੇਸ਼ ਦੀ ਸਾਰੀ ਦੁਨੀਆ ਦੇ ਵਿੱਚ ਪ੍ਰਚਾਰ ਚੱਲ ਰਿਹਾ ਵੀ ਜਪੋ, ਆਪਣੇ ਧਰਮ ਦੇ ਹਿਸਾਬ ਨਾਲ ਸਾਰੇ ਪਾਠ ਕਰਨ, ਇੱਕ ਐਸੀ ਸ਼ਾਂਤੀ ਲੈ ਕੇ ਆਈਏ, ਐਸਾ ਹੋਵੇ ਕਿ ਨਾ ਕੋਈ ਭੁੱਖਾ ਸੌਵੇ, ਹਰੇਕ ਦੇ ਸਿਰ ਤੇ ਛੱਤ ਹੋਵੇ। ਮਹਾਰਾਜਾ ਰਣਜੀਤ ਸਿੰਘ ਦਾ ਜਿਹੋ ਜਿਹਾ ਰਾਜ ਸੀ, ਉਹਦੀ ਹਮੇਸ਼ਾ ਹੀ ਮੈਨੂੰ ਸੋਚ ਰਹਿੰਦੀ ਸੀ। ਤੇ ਹੁਣ ਜੇ ਹੁਕਮ ਹੋਇਆ ਤੇ ਇਹ ਪ੍ਰਵਾਨ ਵੀ ਚੜੂਗਾ, ਹੁਣ ਗੁਰੂ ਜਾਣੇ ਜੀ ਤੇ ਗੁਰੂ ਘਰ ਜਾਣੇ ਤੇ ਬਾਬਾ ਜੀ ਜਾਣ, ਮੈਂ ਤਾਂ ਇਸ ਗੁਰੂ ਘਰ ਦਾ ਕੁੱਕਰ ਹਾਂ। ਮੈਨੂੰ ਜਿੱਥੇ ਪਟਾ ਪਾ ਕੇ ਲਈ ਫਿਰਨਗੇ ਮੈਂ ਨਾਲ ਚੱਲੂੰਗਾ। ਬਖਸ਼ਿਸ਼ ਵੀ ਇਹਨਾਂ ਨੇ ਕਰਨੀ ਹੈ, ਥਾਪੜਾ ਵੀ ਗੁਰੂ ਘਰ ਨੇ ਦੇਣਾ ਹੈ, ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦੇਣਾ, ਵੱਡੇ ਨੇ ਤਾਂ ਸਾ ਗੁਰੂਆਂ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ, ਹੈ ਜੀ ਬਾਬਾ ਦੀਪ ਸਿੰਘ ਨੇ, ਸ਼ਹੀਦਾਂ ਸਿੰਘਾਂ ਨੇ, ਅਕਾਲ ਪੁਰਖ ਨੇ, ਸਾਧੂ ਸੰਤਾਂ ਨੇ, ਬਾਪੂ ਜੀ ਹੋਣਾ ਨੇ, ਇਹਨਾਂ ਸਾਰਿਆਂ ਨੇ ਅਸ਼ੀਰਵਾਦ ਦੇ ਕੇ ਚੱਲਣਾ। ਤੇ ਸ਼ਾਇਦ ਜੇ ਵਿਧੀ ਬਣੀ ਹੈ, ਰੱਬ ਨੇ ਬਣਾਈ ਹੈ, ਤੇ ਫਿਰ ਐਸੀ ਵਿਧੀ ਬਣੇ ਜਿਹਦਾ ਮਾਣ ਸਾਰੇ ਦੇਸ਼ ਨੂੰ ਹੋਵੇ, ਸਾਰੇ ਦੁਨੀਆ ਨੂੰ।